ਸੀਆਈ ਦੇ ਵੱਲੋਂ ਦੀ ਕਣਕ ਦੀ ਖਰੀਦ ਤੇ ਨਵੀਆਂ ਸ਼ਰਤਾਂ ਜੋ ਲਗਾਈਆਂ ਗਈਆਂ ਨੇ ਉਸ ਦਾ ਮਾਮਲਾ ਭਾਕਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸੰਬੰਧੀ ਪੱਤਰ ਲਿਖਿਆ ਐਫਸੀਆਈ ਵੱਲੋਂ ਕਣਕ ਦੀ ਖਰੀਦ 'ਚ ਨਵੀਂ ਦੀ ਮਾਤਰਾ ਰੰਗ ਆਕਾਰ ਤੇ ਟੋਟੇ ਤੇ ਲਾਈਆਂ ਨਵੀਆਂ ਸ਼ਰਤਾਂ ਦੇ ਮਾਮਲੇ 'ਚ ਦਖਲ ਦੇਣ ਦੀ ਮੰਗ ਜੋ ਹੈ ਉਹਨਾਂ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੁਰਾਣੀਆਂ ਸ਼ਰਤਾਂ ਦੇ ਨਾਲ ਜੋ ਹੈ ਕੁਆਲਿਟੀ ਖਰੀਦ ਹੋ ਰਹੀ ਸੀ ਕੁਆਲਿਟੀ ਕਣਕ ਦੀ ਖਰੀਦ ਹੋ ਰਹੀ ਸੀਗੀ ਸਟੇਕ ਹੋਲਡਰਸ ਨਾਲ ਬਿਨਾਂ ਗੱਲਬਾਤ ਕੀਤੇ ਅਧਿਕਾਰੀਆਂ ਨੇ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਇਹ ਫੈਸਲੇ ਜੋ ਨੇ ਲਏ ਨੇ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦੀ ਕਿਹਾ ਗਿਆ ਤੇ ਉਹਨਾਂ ਨੇ ਇਸ ਮੁਤਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ਦੇ ਵਿੱਚ ਦਖਲ ਦਿੱਤਾ ਜਾਵੇ ਜੋ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਹਟਾਇਆ ਜਾਵੇ ਕਿਉਂਕਿ ਇਸ ਦੇ ਨਾਲ ਕਿਸਾਨਾਂ ਨੂੰ ਜੋ ਹੈ ਉਹ ਨੁਕਸਾਨ ਹੋਵੇਗਾ ਪੁਰਾਣੀਆਂ ਸ਼ਰਤਾਂ ਦੇ ਨਾਲ ਵੀ ਜੋ ਹੈ ਕੁਆਲਿਟੀ ਕਣਕ ਦੀ ਖਰੀਦ ਹੋ ਰਹੀ ਸੀ ਇਹ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦੀ ਤਰਕ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਅਧਿਕਾਰੀਆਂ ਨੇ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਬਿਨਾਂ ਕਿਸੇ ਦੇ ਨਾਲ ਵਿਚਾਰ ਵਟਾਂਦਰਾ ਕੀਤੇ ਬਿਨਾਂ ਸਟੇਕ ਹੋਲਡਰਸ ਦਾ ਪੱਖ ਜਾਣੇ ਇਹ ਫੈਸਲਾ ਜੋ ਹੈ ਉਹ ਲਾਗੂ ਕਰ ਦਿੱਤਾ ਹੈ ਜਿਸ ਦਾ ਵੱਡੇ ਪੱਧਰ ਤੇ ਕਿਸਾਨਾਂ ਨੂੰ ਜੋ ਹੈ ਨੁਕਸਾਨ ਹੋਵੇਗਾ ਇਸ ਦੇ ਲਈ ਪ੍ਰਧਾਨ ਮੰਤਰੀ ਨੂੰ ਜੋ ਹੈ ਦਖਲ ਦੇਣਾ ਚਾਹੀਦਾ ਹੈ ਐਫਸੀਆਈ ਵੱਲੋਂ ਕਣਕ ਦੀ ਖਰੀਦ 'ਚ ਨਵੀਂ ਦੀ ਮਾਤਰਾ ਰੰਗ ਆਕਾਰ ਤੇ ਟੋਟੇ ਤੇ ਜੋ ਹੈ ਉਹ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਨੇ ਜਿਸ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦੀ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਦੇ ਵਿੱਚ ਦਖਲ ਦਿੱਤਾ ਜਾਵੇ ਸ਼ਰਤਾਂ ਜੋ ਨੇ ਉਹ ਹਟਾਈਆਂ ਜਾਣ ਰਾਹਤ ਦਿੱਤੀ ਜਾਵੇ ਕਿਸਾਨਾਂ ਨੂੰ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਰਮਨਦੀਪ ਸਾਡੇ ਨਾਲ ਜੁੜ ਗਏ ਨੇ ਫੋਨ ਲਾਈਨ ਦੇ ਉੱਤੇ ਰਮਨ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਐਫਸੀਆਈ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਸ ਦਾ ਕਿਸਾਨਾਂ ਦੇ ਉੱਤੇ ਉਲਟ ਅਸਰ ਪਵੇਗਾ ਪਹਿਲਾਂ ਹੀ ਉਸਦਾ ਵਿਰੋਧ ਹੋ ਰਿਹਾ ਤੇ ਇੱਕ ਹੋਰ ਨਵਾਂ ਫੈਸਲਾ ਐਫਸੀਆਈ ਵੱਲੋਂ ਲਿਆ ਗਿਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਤਰਾਜ਼ ਜ਼ਾਹਰ ਕੀਤਾ ਅਜੀ ਗੁਰਪ੍ਰੀਤ ਜਿਹੜੇ ਹੁਣ ਐਫਸੀਆਈ ਲਗਾਤਾਰ ਕੋਈ ਨਾ ਕੋਈ ਨੋਟੀਫਿਕੇਸ਼ਨ ਦੇ ਜ਼ਰੀਏ ਕਿਸਾਨੀ ਪਹਿਲੇ ਹੀ ਸੰਕਟ ਵਿੱਚ ਪਈ ਉਸ ਤੇ ਹੋਰ ਪ੍ਰਹਾਰ ਕਰ ਰਿਹਾ ਤਾਂ ਹੁਣ ਜਿਹੜੀ ਹੈਗੀ ਹੈ ਨੋਟੀਫਿਕੇਸ਼ਨ ਜੋ ਜਾਰੀ ਕੀਤਾ ਗਿਆ ਵੱਖ ਵੱਖ ਸੂਬਿਆਂ ਨੂੰ ਤਾਂ ਉਹ ਕਾਫੀ ਜਿਹੜੀ ਹੈਗੀ ਆ ਘਾਤਕ ਹੋ ਰਹੀ ਹੈ ਕਿਸਾਨੀ ਦੇ ਲਈ ਕਿਉਂਕਿ ਜੋ ਗੱਲਾਂ ਕਈਆਂ ਜਨ ਸ਼ਰਤਾਂ ਰੱਖੀਆਂ ਗਈਆਂ ਨੇ ਖਰੀਦ ਵਿੱਚ ਉਹ ਕਿਸਾਨ ਕਦੇ ਵੀ ਪੂਰੀ ਨਹੀਂ ਕਰ ਸਕਦੇ ਜੇਕਰ ਅਸੀਂ ਨਵੀਂ ਦੀ ਗੱਲ ਕਰੀਏ ਤਾਂ ਨਵੀਂ ਨੂੰ ਕਿਹਾ ਹੁਣ ਜਿਹੜੀ ਕਟੌਤ ਕੀਤੀ ਗਈ ਆ 14% ਪਹਿਲਾਂ ਨਵੀਂ ਮੰਗੀ ਜਾਂਦੀ ਸੀ ਹੁਣ 12% ਕੀਤੀ ਗਈ ਆ ਹਾਲਾਂਕਿ ਕਿਸਾਨ ਜਥੇਬੰਦੀਆਂ ਦੀ ਲਗਾਤਾਰ ਮੰਗ 16% ਰਹੀ ਜਿਹੜਾ ਦਾਣਾ ਜਿਹੜਾ ਆਉਂਦਾ ਜਦੋਂ ਖਰੀਦ ਕਰਦੇ ਆ ਕੋਈ ਇੰਸਪੈਕਟਰ ਖਰੀਦ ਕਰਨ ਜਾਂਦਾ 100 ਦਾਣੇ ਦੇ ਵਿੱਚੋਂ 4 ਦਾਣੇ ਪਹਿਲਾਂ ਆਉਂਦੇ ਸੀ ਖਰਾਬ ਨਿਕਲ ਜਾਂਦੇ ਇਸ ਦਾ ਪੂਰਾ ਮੁੱਲ ਮਿਲਦਾ ਸੀ ਹੁਣ ਉਹ ਘਟਾ ਕੇ 2% ਜਿਹੜੇ 2% ਕਰ ਦਿੱਤਾ ਗਿਆ ਜਾਨੀ ਕਿ 100 ਦੇ ਵਿੱਚੋਂ 2 ਦਾਣੇ ਹੀ ਉਹ ਮੰਨੇ ਜਾਣਗੇ ਜੇ ਖਰਾਬ ਹੁੰਦੇ 3 ਹੁੰਦੇ ਆ ਤਾਂ ਉਸ ਤੇ ਵੀ ਕਟੌਤ ਜਿਹੜੀ ਹੈਗੀ ਉਹ ਲੱਗੇਗੀ ਜੀ ਜੀ ਰਮਨ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਡੇ ਕੋਲ ਮੁੜ ਤੋਂ ਆਵਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਵਿਰੋਧ ਜੋ ਹੈ ਲਗਾਤਾਰ ਜ਼ਾਹਰ ਕੀਤਾ ਜਾ ਰਿਹਾ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਚੀਮਾ ਤੇ ਕਿਸਾਨ ਆਗੂ ਹਰਿੰਦਰ ਲੱਖੋਵਾਲ ਨੇ ਕਣਕ ਦੀ ਖਰੀਦ ਤੇ ਲਾਈਆਂ ਨਵੀਆਂ ਸ਼ਰਤਾਂ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਖੁਰਾਕ ਨਿਗਮ ਵੱਲੋਂ ਜੋ ਨਵੇਂ ਜਿਨਸਾਂ ਦੀ ਖਰੀਦ ਅਤੇ ਚੌਲਾਂ ਦੇ ਮਾਪਦੰਡ ਬਣਾਏ ਜਾ ਰਹੇ ਹਨ ਇਸ ਨਾਲ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਸਮੱਸਿਆ ਆਏਗੀ ਮੈਂ ਸਾਰੇ ਵਪਾਰਕ ਅਦਾਰਿਆਂ ਦੇ ਜਿੰਨੇ ਵੀ ਆਗੂ ਸਾਹਿਬਾਨ ਨੇ ਭਾਵੇਂ ਰਾਈਸ ਮਿਲਰ ਨੇ ਭਾਵੇਂ ਆੜ੍ਹਤੀ ਐਸੋਸੀਏਸ਼ਨਾਂ ਨੇ ਜਾਂ ਦੂਜੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੂੰ ਅਤੇ ਭਾਰਤੀ ਖੁਰਾਕ ਨਿਗਮ ਨੂੰ ਕਲੀਅਰ ਕੱਟ ਜਿਹੜੇ ਨੇ ਸੁਝਾਅ ਭੇਜੇ ਜਾਣ ਕਿ ਇਸ ਤੋਂ ਘੱਟ ਅਗਰ ਜਿਹੜੇ ਨੇ ਮਾਪਦੰਡ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਹਰਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਵਿਦਰੋਹ ਨਵਾਂ ਚਾਲੂ ਹੋ ਜਾਏਗਾ ਕੇਂਦਰ ਸਰਕਾਰ ਅਤੇ ਐਫਸੀਆਈ ਨੇ ਇੱਕ ਕਿਸਾਨ ਮਾਰੂ ਹੋਰ ਫੈਸਲਾ ਲਿਆ ਜਿਹਦੇ ਵਿੱਚ ਜਿਹੜੀ ਸਾਡੇ ਕਣਕ ਦੀ ਨਵੀਂ 14% ਤੋਂ ਘਟਾ ਕੇ 12% ਕਰ ਦਿੱਤੀ ਆ ਅਤੇ ਜਿਹੜਾ ਦਾਣਾ 4% ਤੋਂ ਘਟਾ ਕੇ ਜਿਹੜਾ 2% ਕਰ ਦਿੱਤਾ ਇਹਦੇ ਨਾਲ ਬੜਾ ਵੱਡਾ ਸਾਡਾ ਜਿਹੜਾ ਨੁਕਸਾਨ ਹੋਊਗਾ ਅਸੀਂ ਤਾਂ ਬੇਨਤੀ ਕਰਦੇ ਹੁੰਦੇ ਸੀ ਵੀ 14% ਨਵੀਂ ਤੋਂ 16% ਕੀਤੀ ਜਾਵੇ ਝੋਨੇ ਦੀ 17 ਤੋਂ 19 ਕੀਤੀ ਜਾਵੇ ਅਤੇ ਦਾਣਿਆਂ ਦੀ ਵੀ ਜਿਹੜੀ ਹੈਗੀ ਆ ਕਿਉਂਕਿ ਇਹ ਸਾਡੇ ਕਿਸਾਨਾਂ ਦੇ ਬਸ ਨਹੀਂ ਹੈਗਾ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਜਿੱਥੇ ਅਸੀਂ 3 ਕਾਨੂੰਨਾਂ ਲਈ ਲੜਾਈ ਲੜ ਰਹੇ ਹਾਂ ਉਹਦੇ ਲਈ ਅਸੀਂ ਇਹਦੇ ਲਈ ਵੀ ਲੜਾਈ ਲੜਾਂਗੇ ਕਿਸਾਨਾਂ ਦੀ ਗੱਲ ਅਸੀਂ ਸੁਣੀ ਰਮਨ ਸਾਡੇ ਸਹਿਯੋਗੀ ਲਗਾਤਾਰ ਜੁੜੇ ਨੇ ਰਮਨ ਕਿਸਾਨਾਂ ਦੀ ਗੱਲ ਵੀ ਅਸੀਂ ਸੁਣ ਰਹੇ ਹਾਂ ਇਹ ਕਹਿ ਰਹੇ ਨੇ ਕਿ ਅਸੀਂ ਤਾਂ 14 ਤੋਂ 16 ਤੱਕ ਵਧਾਉਣ ਦੀ ਗੱਲ ਕਰ ਰਹੇ ਸੀ ਪਰ ਸਰਕਾਰ ਨੇ ਇਸ ਨੂੰ 14 ਤੋਂ 12 ਕਰਕੇ ਸਾਡੇ ਖਿਲਾਫ ਇੱਕ ਹੋਰ ਫੈਸਲਾ ਜੋ ਹੈ ਉਹ ਕੀਤਾ ਜੀ ਗੁਰਪ੍ਰੀਤ ਬਿਲਕੁਲ ਜਿਹੜੇ ਕਿਸਾਨ ਆਗੂ ਗੱਲ ਕਰ ਰਹੇ ਨੇ ਉਹ ਗੱਲ ਕਾਫੀ ਹੱਦ ਤੱਕ ਦਰੁਸਤ ਨਜ਼ਰ ਆਉਂਦੀ ਹੈ ਕਿਉਂਕਿ ਜੇਕਰ
नवी 14-12% कर दी जाती है तो वड्डी चुनौती रही है, क्योंकि जो हम मशीनों के रही कटाई होंगी है कणक की तो लगता नहीं कि 12% कोई किसान उस खरी उत्तर आएगा। उन्होंने पैमानिया किसान लगातार 16% जी हैगी नमी की मंग करते आए हैं। तो दूजे पास दाना जोड़ा जिन्होंने खरीददारी भी 100 दाने विचों 4 दाने खराब निकल जाते हैं तो पूरी फसल का मुल मिलता से उन्होंने घटा के 2 कर दिता गया, जानी कि 2% कर दिता गया। डस्क का मतलब यह है कि जो तूड़ी के डकरे में चले जाते तो उन्होंने 0.70 तो घटा के 0.50 कर दिता गया, मतलब कि 2 डके भी पूरे 1 क्विंटल निकले 100 दाने मंगा निकले तो यह समझ सकते हो कि फसल नहीं विकेगी। शिफ्ट जी होंगी शिफ्ट हों पूरा दाना, मतलब कि पूरा दाने होंगी खरीदारी होंगी तो शिफ्ट पूरा दाना नहीं पाता से जरा 0.6% तो घटा के 4% कर दिता गया है। जेकर अभी करिए फॉरन मैटर की गल करिए वाथू चला जाना जी रमन, सो काफ़ी सारिया चीज़ा ने जिन्हों के उत्ते किसानों की परेशानी जो है वो वधदी हुई नज़र आ रही है, तो इस करके फैसला जो है वो वापस लैण की मंग की जा रही है प्रधानमंत्री। रुख अगली खबर का करते हैं, FCI वालों किसानों के खातों च फसल खरीद के सीधे भुगतान के मामले पर भी कैप्टन अमरिंदर सिंह ने प्रधानमंत्री को इस स्कीम 1 साल तक मुलतवी करने की अपील की है। जिहा पत्र लिख के प्रधानमंत्री तो मुलाकात के लिए मुख्यमंत्री ने समा मंगया, आड़ती किसान सिस्टम नू बदलन दी लोड़ ते उन्होंने सवाल चुके। सो थानू दस दिए कि FCI दे वालों एक होर फैसला लिया गया सीगा कि किसानों नू फसल की सीधी अदायगी की जाएगी, आड़तियां दे जरिए अदायगी नहीं होगी। इस फैसले का भी लगातार आड़तियां दे वालों दी सरकार दे वालों दी विरोध किया जा रहा है। मुख्यमंत्री कैप्टन अमरिंदर सिंह ने इस मुतलक भी प्रधानमंत्री तक पहुँच की है, पत्र लिख के उन्होंने तो मुलाकात के लिए समा मंगया। उन्होंने कहा कि आड़ती किसान सिस्टम जो है उसनू नहीं बदलिया जाना चाहिए, क्योंकि आड़तियां के जरिए किसानों जो अदायगी होंगी है उस नाल किसानों ज़्यादा खजल खुआरी नहीं होंगी। पर हुण FCI वालों जो सीधी अदायगी का फैसला लिया गया वो कितने ना कितने किसानों लिए घातक साबित होएगा, इसलिए स्कीम नू 1 साल के लिए मुलतवी किया जाना चाहिए, 1 साल के लिए इसते जो है रोक लगानी चाहिए है। तुहानू दस दिए कि इस फैसले का किसानों वालों भी विरोध किया जा रहा है, आड़ती भी लगातार मुजाहरे कर रहे हैं। जो डायरैक्ट ट्रांसफर स्कीम है FCI के वालों की जो एक फैसला लिया गया कि सीधा किसानों के खातों के खरीद का पैसा जाएगा। तुहानू दस दिए कि जो फसल की खरीद होंगी वो सब तो वध FCI वालों फूड कारपोरेशन ऑफ इंडिया जो कि केंद्र की एजेंसी है उसके वालों की की जाती है। आड़ती किसान सिस्टम नू बदलन की लोड़ ते भी मुख्यमंत्री कैप्टन अमरिंदर सिंह ने सवाल चुकते हुए प्रधानमंत्री तो मुलाकात के लिए समा मंगया, इस मुद्दे ते चर्चा करने के लिए इस स्कीम नू मुलतवी करने की अपील जो है उन्होंने वालों की गई है।